ਵੱਛਾ ਜਿਹੜਾ ਹੋਵੇ ਉਹ ਕ੍ਰਾਸ ਦਾ ਹੋਵੇ, ਯਾਨੀ ਕਿ ਨਾ ਦੇਸੀ ਹੋਵੇ ਨਾ ਉਹ ਬਲੈਤੀ ਹੋਵੇ, ਯਾਨੀ ਕਿ ਕ੍ਰਾਸ ਦਾ ਹੋਵੇ, ਧੁੰਨੀ ਝਾਲਰ ਵਾਲਾ ਹੋਵੇ, ਯਾਨੀ ਕਿ ਉਹ ਵੱਛਾ ਜਿਹੜਾ ਨਾ ਜੀ ਉਹ ਸਹੀ ਗਰੋਥ ਕਰਦਾ। ਹੁਣ ਉਹ ਚੁਲਸਤਾਨੀ ਉਹ ਗਰਮੀ ਕਰੇਗਾ, ਜਿਹੜਾ ਕ੍ਰਾਸ ਇਤਨੀ ਗਰਮੀ ਨਹੀਂ ਕਰੇਗਾ, ਬਲੈਤੀ ਜਿਹੜਾ ਉਹ ਵੀ ਬਹੁਤ ਗਰਮੀ ਕਰੇਗਾ, ਲੇਕਿਨ ਉਹ ਵੱਛਾ ਜਿਹੜਾ ਵਧੇਗਾ ਨਹੀਂ ਇੰਨਾ, ਗਰੋਥ ਨਹੀਂ ਕਰੇਗਾ ਜਿੰਨਾ ਕ੍ਰਾਸ ਕਰੇਗਾ। ਫਿਰ ਇਹ ਕ੍ਰਾਸ ਨੂੰ ਜਿਹੜਾ ਫੈਕਟਰੀ ਵਾਲੇ ਵੀ ਬੜਾ ਪਸੰਦ ਕਰਦੇ ਨੇ। ਅਤੇ ਸਰ ਕੀ ਕੋਈ ਤੁਹਾਨੂੰ ਬੱਚੇ ਤੋਂ ਉਹਦੇ 'ਚੋਂ ਹੈਗੀ ਜਿਹੜੇ 55 ਬੱਚੇ ਸੇਲ ਕੀਤੇ ਨੇ? ਤਕਰੀਬਨ 4 ਤੋਂ 5 ਹੈ ਜੀ। ਇਨਸ਼ਾਅੱਲਾ ਇਹ ਤਜਾਰਤੀ ਕੰਮ ਹੈ, ਅੱਲਾਹ ਤਾਲਾ ਦੀ ਜ਼ਾਤ ਜਿਹੜੀ ਇਹਦੇ 'ਤੇ ਬੜੀ ਮਿਹਰਬਾਨੀ ਬੜੀ ਸ਼ਫਕਤ ਕਰਦੀ ਅਗਰ ਇਨਸਾਨ ਨੇਕ ਨੀਅਤ ਨਾ ਕਰੇ ਤਾਂ। ਅਸਲਾਮ ਅਲੈਕੁਮ ਨਾਜ਼ਰੀਨ ਇਕਰਾਮ, ਫਰਾਜ਼ਾਬਾਦ ਕੀ ਜਾਨਬ ਸੇ ਖੁਸ਼ ਆਮਦੀਦ। ਇਸ ਵਕਤ ਮੈਂ ਓਕਾੜਾ ਕੇ ਇੱਕ ਤਜਰਬਾਕਾਰ ਬਛੜਾ ਫਾਰਮਰ ਕੇ ਪਾਸ ਮੌਜੂਦ ਹੂੰ, ਜੋ ਇਸ ਸੇ ਕਬਲ 55 ਬਛੜੇ ਸੇਲ ਕਰ ਚੁੱਕੇ ਹੈ ਔਰ 2.5 ਮਾਹ ਮੇ 4 ਸੇ 5 ਲੱਖ ਬਚਤ ਹਾਸਲ ਕਰ ਚੁੱਕੇ ਹੈ। ਜੀ ਹਾਂ ਦੋਸਤੋ, ਇਨਕੀ ਆਜ ਕੀ ਇਹ ਗੁਫਤਗੂ ਆਪਕੋ ਬਛੜਾ ਫਾਰਮਿੰਗ ਕੇ ਮਤਲਕ ਮੁਕੰਮਲ ਐਜੂਕੇਟ ਕਰ ਦੇਗੀ ਔਰ ਇਨਸ਼ਾਅੱਲਾ ਅਜ਼ਵਜਲ ਆਪਕੋ ਫਾਇਦਾ ਜ਼ਰੂਰ ਹੋਗਾ। ਵੀਡੀਓ ਕੋ ਇਹਤਮਾਮ ਤੱਕ ਦੇਖੀਏਗਾ, ਵੀਡੀਓ ਕੋ ਲਾਈਕ ਔਰ ਸ਼ੇਅਰ ਜ਼ਰੂਰ ਕੀਜੀਏ। ਤੋ ਚਲੀਏ ਕਰਤੇ ਹੈ ਇਨਸੇ ਗੁਫਤਗੂ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਸਰ ਕੀ ਹਾਲ ਹੈ? ਅਲਹਮਦੁਲਿਲਾ ਜੀ। ਆਪ ਦਾ ਕੀ ਨਾਂ ਹੈ? ਮੁਹੰਮਦ ਬੂਟਾ ਸਾਜਿਦ ਜੀ। ਸਰ ਇਹ ਕੌਣ ਸਾ ਇਲਾਕਾ ਹੈ? ਇਹ ਜ਼ਿਲ੍ਹਾ ਉਕਾੜਾ। ਅੱਛਾ, ਨੰਬਰ 40 ਜੀ ਡੀ ਰਾਏਪੁਰ। ਆਪਕਾ ਬਛੜਾ ਫਾਰਮਿੰਗ ਕਾ ਕਿਤਨਾ ਤਜਰਬਾ ਹੈ? ਸਰ ਪਹਿਲੇ ਹਮਾਰਾ ਕਾਮ ਥਾ ਜਾਨਵਰ ਕਾਟੂ ਵਪਾਰ ਕਰਤੇ ਹੈ, ਉਸਕੇ ਬਾਅਦ ਪਹਿਲਾ ਆਪਣਾ ਫਲਾਗ ਪਾਇਆ ਸਾਂ, ਇਹਦੇ ਬਾਰੇ ਸਾਨੂੰ ਜਿਹੜਾ ਇਨਫੋਰਮੇਸ਼ਨ ਹੈ ਕਿ ਯਾਨੀ ਕਿ ਸਾਨੂੰ ਠੀਕ ਰਹਿ ਗਿਆ। ਮਾਸ਼ਾਅੱਲਾ। ਹਾਂਜੀ ਮਾਸ਼ਾਅੱਲਾ ਠੀਕ ਰਹਿ। ਇਹ ਇੱਕ ਫਲਾਗ ਸੇਲ ਕਰ ਚੁੱਕੇ ਹੋ? ਇੱਕ ਫਲਾਗ ਤਕਰੀਬਨ 2.5 ਮਹੀਨੇ ਬਾਅਦ ਸੇਲ ਕਰ ਚੁੱਕੇ। ਇਹ ਸਰ ਉਹ ਜਿਹੜਾ ਤੁਸੀਂ ਫਲਾਗ ਸੇਲ ਕੀਤਾ ਹੈ ਉਹਦੇ ਮੁਤਲਕ ਥੋੜਾ ਤਫਸੀਲ ਨਾਲ ਲਗਾ ਕਰੋ। ਤੁਸੀਂ ਉਹ 2.5 ਮਹੀਨੇ ਰੱਖਿਆ ਹੈ ਤੇ ਉਹਦਾ ਕੀ ਕੋਈ ਤੁਹਾਡਾ ਤਜਰਬਾ ਕਿਹਾ ਰਿਹਾ? ਸਰ ਸਾਨੂੰ ਤਾਂ ਬਿਹਤਰ ਰਿਹਾ, ਉਹਦੇ ਵਿੱਚ ਅਸੀਂ ਜਿਹੜਾ ਇਹਨਾਂ ਨੂੰ ਆਪਣਾ ਵੰਡਾ ਪਾਇਆ, ਕਮਾਦ ਵਗੈਰਾ ਪਾਇਆ, ਜਿਹਦੀ ਵਜ੍ਹਾ ਤੋਂ ਜਨਾਬ ਸਾਨੂੰ ਜਿਹੜੇ ਮਾਸ਼ਾਅੱਲਾ ਦੀ ਗਰੋਥ ਸਹੀ ਆਈ ਹੈ। 2.5 ਮਹੀਨੇ ਬਾਅਦ ਅਸੀਂ ਉਹ ਸੇਲ ਕੀਤਾ, ਸਾਨੂੰ ਬਿਹਤਰ ਰਹਿ ਗਿਆ। ਇਹ ਕਿੰਨੇ ਬੱਚੇ ਸੇਲ ਕੀਤੇ ਨੇ? 55। ਤੇ ਸਰ ਕੀ ਕੋਈ ਤੁਹਾਨੂੰ ਬੱਚੇ ਤੋਂ ਉਹਦੇ 'ਚੋਂ ਹੈਗੀ ਜਿਹੜੇ 55 ਬੱਚੇ ਸੇਲ ਕੀਤੇ ਨੇ? ਤਕਰੀਬਨ 4 ਤੋਂ 5। ਮਾਸ਼ਾਅੱਲਾ, ਯਾਨੀ ਤੁਹਾਡਾ ਜਿਹੜਾ ਇਹ ਤਜਰਬਾ ਤੁਸੀਂ ਖੁਦ ਸੇਲ ਕੀਤੇ ਨੇ, ਤੁਹਾਡਾ ਤਜਰਬਾ ਅੱਛਾ ਰਿਹਾ? ਜੀ ਜੀ। ਮਾਸ਼ਾਅੱਲਾ, ਤੁਹਾਡਾ ਪਹਿਲੇ ਵੀ ਤਜਰਬਾ ਆਵੇ ਜੀ? ਪਹਿਲੇ ਅਸੀਂ ਕਾਰੋਬਾਰ ਕਰਨਾ ਨਹੀਂ ਜਾਨਵਰ ਕਾਟੂ ਦਾ ਜੀ, ਸਾਨੂੰ ਪਹਿਲੇ ਵੀ ਇਹਦੇ ਬਾਰੇ ਇਨਫੋਰਮੇਸ਼ਨ ਆਇਆ ਸੀ, ਤਜਰਬਾ ਆਇਆ ਸੀ। ਹਾਂਜੀ। ਤੇ ਹੁਣ ਤੁਸੀਂ ਜਾਨਵਰ ਕਿਦੋਂ ਖਰੀਦੋ ਦੇ? ਬਸ ਤਕਰੀਬਨ ਹਫ਼ਤੇ ਕੁ ਤੀਕਰ। ਜਾਨਵਰ ਦੀ ਖਰੀਦਦਾਰੀ ਦੇ ਮੁਤਲਕ ਅੱਛੇ ਅੱਛੇ ਟਿਪਸ ਦੱਸੋ ਕਿ ਜਾਨਵਰ ਦੀ ਖਰੀਦਦਾਰੀ ਕਰਦੇ ਵਕਤ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਤੇ ਕਿਹੜਾ ਜਾਨਵਰ ਬਿਹਤਰ ਹੈ? ਜੀ ਜੀ। ਸਰ ਇਹਦੇ 'ਚ ਫਾਰਮ ਦੇ ਵਿੱਚ ਜਿਹੜਾ ਜਾਨਵਰ ਤੁਸੀਂ ਪਾਉਣਾ ਹੈ ਨਾ ਜੀ, ਉਹਦੇ ਵਿੱਚ ਇਹ ਹੈ ਤਕਰੀਬਨ ਘੱਟ ਤੋਂ ਘੱਟ ਉਹਦਾ ਵਜ਼ਨ 3 ਮਣ ਹੋਵੇ, ਠੀਕ ਹੈ। ਵੱਛਾ ਜਿਹੜਾ ਹੋਵੇ ਉਹ ਕ੍ਰਾਸ ਦਾ ਹੋਵੇ, ਯਾਨੀ ਕਿ ਨਾ ਦੇਸੀ ਹੋਵੇ ਨਾ ਉਹ ਬਲੈਤੀ ਹੋਵੇ, ਯਾਨੀ ਕਿ ਕ੍ਰਾਸ ਦਾ ਹੋਵੇ, ਧੁੰਨੀ ਝਾਲਰ ਵਾਲਾ ਹੋਵੇ, ਯਾਨੀ ਕਿ ਉਹ ਵੱਛਾ ਜਿਹੜਾ ਨਾ ਜੀ ਉਹ ਸਹੀ ਗਰੋਥ ਕਰਦਾ। ਇਹ ਉਹਦੀ ਜਿਹੜੀ ਜਸਾਮਤ ਹੈ ਧੁੰਨੀ ਅਤੇ ਝਾਲਰ ਉਹ ਕਿਸ ਕਿਸਮ ਦੀ ਹੋਣੀ ਚਾਹੀਦੀ? ਸਰ ਤੁਹਾਨੂੰ ਵਾਧਾ ਨਜ਼ਰ ਆਵੇਗੀ, ਯਾਨੀ ਕਿ ਅਗਲੀ ਸਾਈਡ ਤੋਂ ਗਲ ਦੇ ਕਰੀਬ ਜਿਹੜਾ ਨਾ ਝਾਲਰ ਨਜ਼ਰ ਆਵੇਗੀ, ਥੱਲੇ ਵਾਲੀ ਸਾਈਡ ਤੋਂ, ਯਾਨੀ ਕਿ ਨਾ ਜਿਹਨੂੰ ਆਪਾਂ 5 ਲੱਤਾਂ ਵੱਛਾ ਬੋਲਦੇ ਹਾਂ, ਯਾਨੀ ਕਿ ਸਹੀ ਵਾਲ ਟੈਪ ਦਾ, ਇਸ ਤਰੀਕੇ ਕ੍ਰਾਸਿੰਗ ਦੇ ਵਿੱਚ ਆ ਜਾਏਗਾ। ਅਤੇ ਸਿਰਫ ਕ੍ਰਾਸ ਹੀ ਕਿਉਂ ਹੈ ਹਮੇ? ਜਿਹੜੀ ਪਿਓਰ ਨਸਲ ਹੈ ਸਾਈ ਵਾਲ ਅਤੇ ਪਿਓਰ ਚੁਲਸਤਾਨੀ ਉਹ ਨਹੀਂ ਬਿਹਤਰ? ਸਰ ਜਿਹੜਾ ਆਪਣਾ ਉਹ ਚੁਲਸਤਾਨੀ ਉਹ ਗਰਮੀ ਕਰੇਗਾ, ਜਿਹੜਾ ਕ੍ਰਾਸ ਇਤਨੀ ਗਰਮੀ ਨਹੀਂ ਕਰੇਗਾ, ਬਲੈਤੀ ਜਿਹੜਾ ਉਹ ਵੀ ਬਹੁਤ ਗਰਮੀ ਕਰੇਗਾ, ਲੇਕਿਨ ਉਹ ਵੱਛਾ ਜਿਹੜਾ ਵਧੇਗਾ ਨਹੀਂ ਇੰਨਾ, ਗਰੋਥ ਨਹੀਂ ਕਰੇਗਾ ਜਿੰਨਾ ਕ੍ਰਾਸ ਕਰੇਗਾ। ਫਿਰ ਇਹ ਕ੍ਰਾਸ ਨੂੰ ਜਿਹੜਾ ਫੈਕਟਰੀ ਵਾਲੇ ਵੀ ਬੜਾ ਪਸੰਦ ਕਰਦੇ ਨੇ, ਇਹਦਾ ਗੋਸ਼ਤ ਜਿਹੜਾ ਦੂਸਰੇ ਜਾਨਵਰਾਂ ਨਾਲੋਂ ਬੈਸਟ ਹੈ, ਬਿਹਤਰ ਹੋ ਗਿਆ। ਸਰ ਜਿਹੜੇ ਤੁਸੀਂ ਜਾਨਵਰ ਖਰੀਦਦੇ ਹੋ ਕਿਸ ਇਲਾਕੇ 'ਚੋਂ ਖਰੀਦਦੇ ਹੋ? ਸਰ ਮਤਲਬ ਮੰਡੀਆਂ 'ਚ ਮੁਲਤਾਨ ਹੋ ਗਿਆ, ਮੱਲੂ ਮੋੜ ਹੋ ਗਿਆ, ਲਾਹੌਰ ਹੋ ਗਿਆ, ਯਾਨੀ ਕਿ ਜਿੱਥੋਂ ਸਾਨੂੰ ਬਿਹਤਰ ਲੱਗਿਆ, ਚੌਕ ਆਜ਼ਮ ਹੋ ਗਿਆ,
ਉੱਥੋਂ ਅਸੀਂ ਫਿਰ ਲੈ ਲੈਂਦੇ। ਤੁਹਾਨੂੰ ਕਿਹੜੀ ਮੰਡੀ ਬੈਸਟ ਲੱਗੀ ਹੈ? ਸਾਨੂੰ ਸਰ ਤਕਰੀਬਨ ਮੈਂ ਜਿਹੜੇ ਜਾਨਵਰ ਲੈ ਕੇ ਆਇਆ ਕੋਈ ਮੱਲੂ ਮੋੜ ਤੋਂ ਲੈ ਕੇ ਆਇਆ ਝੰਗ ਦੇ ਇਲਾਕੇ ਚੋਂ, ਬਾਕੀ ਚੌਕ ਆਜ਼ਮ ਉੱਥੋਂ ਲੈ ਕੇ ਆਇਆ। ਤੁਸੀਂ ਜ਼ਿਕਰ ਕੀਤਾ ਕਮ ਅਜ਼ ਕਮ ਬਛੜਾ ਉਹ ਖਰੀਦਣਾ ਜਿਹਦਾ ਵਜ਼ਨ 3 ਮਣ ਹੋਏ ਜੀ, ਕਮ ਸੇ ਕਮ 3 ਮਣ ਵਜ਼ਨ, ਜਿਹੜਾ 3 ਮਣ ਦਾ ਵੱਛਾ ਹੈ ਹਾਂਜੀ, ਉਹ ਤੁਸੀਂ ਵੇਟ ਕਰਕੇ ਲੈਂਦੇ ਹੋ ਤੇ ਕਿੰਨੇ ਦਾ ਮਿਲ ਜਾਂਦਾ? ਅਸੀਂ ਅੰਦਾਜ਼ੇ ਨਾਲ ਲੈ ਲੈਂਦੇ। ਅੰਦਾਜ਼ਨ? ਹਾਂਜੀ ਅੰਦਾਜ਼ਾ। ਕਿੰਨੇ ਕੁ ਦਾ ਮਿਲ ਜਾਂਦਾ ਹੈ? ਉਹ ਤਕਰੀਬਨ 3 ਮਣ ਦਾ ਵੱਛਾ ਤੁਹਾਨੂੰ 50-52 ਦੇ ਰੇਂਜ ਮਿਲ ਜਾਂਦਾ। ਮੰਗਾ ਨਹੀਂ ਦਾ ਜੀ ਸਰ? ਉਹਦੇ ਜੇ ਨਾ ਜੀ ਬਾਅਦ ਵੱਛੇ ਸਸਤੇ ਹੀ ਮਿਲ ਜਾਂਦੇ ਨੇ, ਵੱਛਾ ਮੋਟਾਪੇ ਵਾਲਾ ਹੁੰਦਾ ਉਹ ਤਕਰੀਬਨ 50-52, ਬਾਅਦ 3 ਮਣ ਵੱਛਾ 48-47 ਦਾ ਹੀ ਮਿਲ ਜਾਂਦਾ। ਹਾਂਜੀ ਉਹ ਤੁਸੀਂ ਹੁਣ ਗੋਸ਼ਤ ਦਾ ਹਿਸਾਬ ਲਾ ਲਓ ਨਾ, ਤਕਰੀਬਨ 400 ਰੁਪਏ ਤੋਂ ਉੱਪਰ ਗੋਸ਼ਤ ਹੈਗਾ, 16-17 ਹਜ਼ਾਰ ਨੂੰ ਮਣ ਤਾਂ ਪੈਂਦਾ ਹੈ ਨਾ ਜੀ, ਅਤੇ 3 ਮਣ 51,000 ਦਾ ਹੋ ਗਿਆ। ਇਹ ਜਿਹੜਾ 3 ਮਣ ਦਾ ਵੱਛਾ ਗੋਸ਼ਤ ਦਾ ਵਜ਼ਨ ਦੱਸ ਰਹੇ ਹੋ ਕਿ ਲਾਈਵ ਵੇਟ ਦੱਸ ਰਹੇ ਹੋ? ਸਰ ਅਸੀਂ ਇਹ ਯਾਨੀ ਕਿ ਅੰਦਾਜ਼ੇ ਨਾਲ ਵਜ਼ਨ ਗੋਸ਼ਤ ਦਾ ਵਜ਼ਨ ਦੱਸ ਰਹੇ ਹੋ? ਗੋਸ਼ਤ ਦਾ ਵਜ਼ਨ ਦੱਸ ਰਹੇ? ਅੱਛਾ ਅੱਛਾ, ਅਤੇ ਲਾਈਵ ਵੇਟ ਕਿੰਨਾ ਹੋਣਾ ਚਾਹੀਦਾ ਅੰਦਾਜ਼ਨ? ਲਾਈਵ ਵੇਟ ਮਸਲਾ ਜ਼ਿੰਦੇ ਦਾ ਕਿੰਨਾ ਕੁ ਵਜ਼ਨ ਹੋਣਾ ਚਾਹੀਦਾ ਪੂਰੇ ਬੱਚੇ ਦਾ? ਜ਼ਿੰਦੇ ਦਾ 5 ਮਣ ਹੋਣਾ ਚਾਹੀਦਾ, 5 ਮਣ ਤੋਂ ਉੱਪਰ ਹੀ ਹੋਣਾ ਚਾਹੀਦਾ, ਯਾਨੀ ਕਿ ਜਿਹੜਾ ਫਾਰਮ ਛੱਡਣਾ ਹੈ ਨਾ ਤੁਸੀਂ 5 ਮਣ ਤੋਂ ਤਕਰੀਬਨ ਉੱਪਰ ਹੋਣਾ ਚਾਹੀਦਾ, ਯਾਨੀ ਕਿ ਜਿਹੜਾ 200 ਕਿਲੋ ਤੋਂ ਉੱਤੇ ਲੈਣਾ ਜੀ ਜੀ ਬਿਲਕੁਲ, ਉਹ ਬਿਹਤਰ ਹੈ, ਉਹ ਬਿਹਤਰ, ਉਹਦੀ ਗਰੋਥ ਅੱਛੀ ਹੈ, ਉਹਦੀ ਗਰੋਥ ਅੱਛੀ। ਅੱਛਾ ਸਰ, ਜਦੋਂ ਤੁਸੀਂ ਜਾਨਵਰ ਖਰੀਦ ਕੇ ਆਪਣੇ ਫਾਰਮ ਤੇ ਲੈ ਆਉਂਦੇ ਹੋ ਜੀ ਜੀ, ਉਸ ਤੋਂ ਬਾਅਦ ਤੁਹਾਡਾ ਪਹਿਲਾ ਸਟੈਪ ਕੀ ਹੁੰਦਾ ਹੈ? ਬਾਸ ਜਾਨਵਰਾਂ ਨੂੰ ਪਾਣੀ ਲਾਗ ਦਾ ਮਸਲਾ ਹੋਈ ਜਾਂਦਾ ਹੈ, ਉਹਦੀ ਕੋਈ ਇਹਤਿਆਤੀ ਤਦਾਬੀਰ? ਸਰ ਜਦੋਂ ਅਸੀਂ ਫਾਰਮ ਤੇ ਲੈ ਗਏ ਨੇ ਨਾ ਜੀ, ਇਹਨੂੰ ਵੈਕਸੀਨ ਲਾਣੇ ਅਸੀਂ ਮੂੰਹ ਖੁਰ ਦੀ, ਠੀਕ ਹੈ, ਉਹ ਬਾਕੀ ਦੂਸਰਾ 5 ਗ੍ਰਾਮ ਟੀਕਾ ਲਾਣੇ ਥਕਾਵਟ ਵਾਸਤੇ, ਯਾਨੀ ਕਿ ਬੱਚੇ ਨੂੰ ਕੋਈ ਮਸਲਾ ਨਾ ਬਣੇ। ਇਸ ਤੋਂ ਇਲਾਵਾ ਜਿਹੜੀ ਡੀਵਰਮਿੰਗ ਕਰਦੇ ਹੋ ਉਹਦਾ ਕੀ ਤਰੀਕਾ ਹੈ? ਕਿ ਇਹਨੂੰ ਆਪਣਾ ਦੂਸਰੀ ਆਪਣਾ ਵੈਕਸੀਨ ਨਿਲਵਰਮ ਪਵਾਉਂਦੇ ਹਾਂ, ਜਿਹਦੇ ਨਾਲ ਬੱਚਾ ਅੰਦਰੋਂ ਸਾਫ਼ ਹੋ ਜਾਵੇ, ਉਸ ਤੋਂ ਬਾਅਦ ਫਿਰ ਜਿਹੜਾ ਇਹਨਾਂ ਨੂੰ ਖੁਰਾਕ ਸ਼ੁਰੂ ਕਰ। ਅੱਛਾ ਸਰ, ਤੁਹਾਡਾ ਸਾਰਾ ਚਿੱਕੜ ਕਿਉਂ ਆ ਵੀ ਇਹਦੇ ਬਾਰੇ ਜ਼ਰਾ ਦੱਸਿਆ ਜੇ, ਬੱਚੇ ਤੁਸੀਂ ਸੇਲ ਕਰ ਲੈਣੇ ਉਸ ਤੋਂ ਬਾਅਦ ਬਾਰਿਸ਼ ਆਈ ਹੈ? ਨਹੀਂ, ਬਾਰਿਸ਼ ਸਰ ਵਿੱਚ ਆਉਂਦੀ ਰਹੀ ਹੈ, ਲੇਕਿਨ ਵਜ੍ਹਾ ਮਸਲਾ ਇਹ ਬਣਿਆ ਹੈਗਾ ਕਿ ਇੱਥੇ ਜਿਹੜਾ ਨਾ ਜੀ ਆਪਣਾ ਸੋਲੰਗ ਵਗੈਰਾ ਨਹੀਂ ਲਾ ਸਕੇ ਅਸੀਂ, ਪਰਚੀ ਤਾਜ਼ਾ ਹੈਗੀ ਸੀ ਭਰਤੀ, ਅਸੀਂ ਕਿਹਾ ਕਿ ਥੋੜੀ ਬੈਠ ਜਾਵੇ, ਉਸ ਤੋਂ ਬਾਅਦ ਜਿਹੜਾ ਨਾ ਜੀ ਦੁਬਾਰਾ ਇਹਨੂੰ ਸੋਲੰਗ ਲਾ ਕੇ ਦੁਬਾਰਾ ਫਿਰ ਬੱਚੇ ਪਾਵਾਂਗੇ। ਕੁਛ ਅਸੀਂ ਨਵਾਂ ਪਾਇਆ ਸੀ ਤੋਂ ਉਹਦੇ ਬਾਅਦ ਜਲਦਬਾਜ਼ੀ ਕੀਤੀ ਤੇ ਅਸੀਂ ਜਿਹੜਾ ਨਾ ਬੱਚੇ ਛੋੜ ਦਿੱਤੇ ਵਿੱਚ। ਪਾਰਟੀਸ਼ਨਾਂ ਕਿਸ ਤਰ੍ਹਾਂ ਬਣਾਈਆਂ ਜਾਂਦੀਆਂ, ਕਿਸ ਇੱਧਰ ਇੱਕ ਉੱਪਰਲਾ ਇਸੇ ਕਿਸ ਪਾਸੇ, ਜ਼ਰਾ ਵਜ਼ਾਹਤ ਨਾਲ ਦੱਸੋ। ਅਗਰ ਗਰਮੀ ਦੇ ਵਿੱਚ ਯਾਨੀ ਕਿ ਬੱਚੇ ਉੱਪਰਲੀ ਦੋਨੇ ਵਾੜਿਆਂ 'ਚ ਹੋਣਗੇ ਨਾ ਜੀ, ਹਾਂਜੀ, ਗਰਮੀ ਦੇ ਵਿੱਚ ਉੱਧਰ ਹੋਣਗੇ, ਉਸ ਤੋਂ ਬਾਅਦ ਅਗਰ ਜੇ ਮਿਸਾਲ ਹੈ ਉਹ ਆਪਣਾ ਖਰਾਬ ਹੋ ਗਈ ਜਗ੍ਹਾ ਗੋਹਾ ਵਗੈਰਾ ਸਫਾਈ ਵਗੈਰਾ ਕਰਨੀ, ਫਿਰ ਅਸੀਂ ਉਰਲੀ ਸਾਈਡ ਤੇ ਲਿਆਵਾਂਗੇ। ਨੀਵੀਂ ਉੱਚੀ ਜਗ੍ਹਾ ਦਾ ਕੀ ਮਸਲਾ ਜਿਸ ਤਰੀਕੇ ਤੁਸੀਂ ਆਹ ਬਣਾਇਆ ਹੋਇਆ ਖੁੱਲੀਆਂ ਸਾਹਿਬ ਜੀ ਜੀ, ਇਸ ਬਾਰੇ ਸਾਨੂੰ ਜ਼ਰਾ ਵਜ਼ਾਹਤ ਨਾਲ ਦੱਸੋ ਸਰ। ਇਹਦੇ ਵਿੱਚ ਇਹ ਹੈ ਕਿ ਅਗਰ ਤੁਸੀਂ ਵੰਡਾ ਪਾਉਣਾ ਹੈਗਾ ਜਾਂ ਕੋਈ ਪੱਠੇ ਪਾਉਣੇ ਨੇ, ਬੰਦਾ ਇੱਧਰ ਆਏਗਾ ਆਸਾਨੀ ਨਾਲ, ਹਾਂਜੀ, ਗੁਜ਼ਰੇਗਾ, ਗੁਜ਼ਰ ਕੇ ਜਨਾਬ ਇੱਧਰ ਸਾਈਡ ਤੇ ਪਾ ਦੇਗਾ, ਇੱਧਰ ਪਾ ਦੇਗਾ, ਯਾਨੀ ਕਿ ਮਸਲਾ ਨਹੀਂ ਬਣੇਗਾ, ਅੰਦਰ ਬੱਚਿਆਂ ਦੇ ਵਿੱਚ ਜਾਏਗਾ ਪ੍ਰੋਬਲਮ ਆਵੇਗੀ, ਬੱਚਾ ਮਾਰੇਗਾ ਕੋਈ, ਲੇਕਿਨ ਇੱਧਰ ਕੋਈ ਪਰੇਸ਼ਾਨੀ ਨਹੀਂ ਸਾਨੂੰ। ਸਰ ਤੁਹਾਡਾ ਜਿਹੜਾ ਫਾਰਮ ਹੈ ਟੋਟਲ ਕਿੰਨੇ ਏਰੀਏ ਵਿੱਚ ਹੈ ਤੇ ਜਿਹੜੇ ਸ਼ੈੱਡ ਨੇ ਉਹਨਾਂ ਦਾ ਕਿੰਨਾ ਰਕਬਾ ਹੈ? ਤਕਰੀਬਨ ਸ਼ੈੱਡ ਮੇਰੇ ਜਿਹੜੇ ਲੰਬਾਈ ਉਹਨਾਂ ਦੀ ਤਕਰੀਬਨ 75-80 ਫੁੱਟ ਹੈ ਜੀ, ਅੱਛਾ, ਚੜਾਈ 16 ਫੁੱਟ ਹੈਗੀ, ਲੇਕਿਨ ਕੁੱਲ ਜਿਹੜੀ ਜਗ੍ਹਾ ਤਕਰੀਬਨ 4 ਕਨਾਲ ਹੈ। 4 ਕਨਾਲ ਜੀ। ਇਹ ਸ਼ੈੱਡ ਤੁਸੀਂ ਕਦੋਂ ਤਮੀਰ ਕੀਤੇ ਨੇ? ਇਹ ਸਰ ਤਕਰੀਬਨ ਮੇਰੇ 3-4 ਮਹੀਨੇ ਹੋ ਗਏ। ਕਿੰਨਾ ਖਰਚਾ ਆ ਗਿਆ ਸ਼ੈੱਡ ਉੱਤੇ? ਤਕਰੀਬਨ ਕੋਈ 20-22 ਲੱਖ ਰੁਪਏ ਹੈ। ਇਹ ਸ਼ੈੱਡ ਤਮੀਰ ਕਰਨ ਤੇ ਜਾਂ ਟੋਟਲ 4 ਦੀਵਾਰੀ ਤੇ ਵੀ? ਨਹੀਂ, 4 ਦੀਵਾਰੀ ਤੇ, ਯਾਨੀ ਕਿ ਉਹ ਜਗ੍ਹਾ ਤਾਂ ਸਾਡੀ ਆਪਣੀ ਸੀ ਨਾ, ਰਕਬਾ ਸਾਡਾ ਆਪਣਾ ਸੀ, ਲੇਕਿਨ ਇਹਨ 4 ਦੀਵਾਰੀ ਤੇ ਯਾਨੀ ਕਿ ਖਰਚਾ ਕਰ ਤਕਰੀਬਨ 20-22 ਲੱਖ ਰੁਪਏ ਹੈ। ਸਰ ਜ਼ਰਾ ਇੱਕ ਹੋਰ ਗੱਲ ਦੱਸੋ, 4 ਕਨਾਲ ਦੇ ਫਾਰਮ ਦੇ ਵਿੱਚ ਕਿੰਨੇ ਬੱਚੇ ਆ ਜਾਂਦੇ, ਐਡਜਸਟ ਹੋ ਜਾਂਦੇ ਨੇ? ਇਹਦੇ ਵਿੱਚ ਸਰ ਜੀ ਕਮ ਸੇ ਕਮ ਜ਼ਿਆਦਾ ਤੋਂ ਜ਼ਿਆਦਾ ਥੋੜ੍ਹੇ ਥੋੜ੍ਹਾ ਤਕਰੀਬਨ 400-500 ਬੱਚਾ ਆ ਜਾਂਦਾ। ਦੂਸਰੀ ਗੜਮਾਸਣਾ ਵੱਜ ਜਾਏਗਾ ਜੀ? ਲੇਕਿਨ ਇਹ ਜਗ੍ਹਾ ਜਿਹੜੀ ਨਾ, ਆਹ ਜਿਹੜੀ ਜਗ੍ਹਾ ਹੈ, ਇਹਦੇ ਵਿੱਚ ਤਕਰੀਬਨ ਅਸੀਂ 200 ਬੱਚਾ ਇਹਦੀ ਛੱਡ ਸਕਦੇ ਹਾਂ। ਇੱਕ ਸਾਈਡ ਤੇ ਨਹੀਂ, ਦੋਨਾਂ ਸਾਈਡਾਂ ਤੇ, ਦੋ ਸਾਈਡਾਂ ਤੇ, ਯਾਨੀ ਕਿ ਖੁੱਲਾ ਬੱਚਾ ਫਿਰੇਗਾ। ਇਸ ਤੋਂ ਅੱਗੇ ਜਿਹੜੀ ਜਗ੍ਹਾ ਪਈ, ਅਗਰ ਬੱਚੇ ਹੋਰ ਛੱਡਾਂਗੇ ਫਿਰ ਸਾਨੂੰ ਵਾੜੇ ਲਹਿਦਾ ਬਣਾਉਣੇ ਪੈਣਗੇ। ਅੱਛਾ, ਮੈਂ ਇੱਕ ਹੋਰ ਬੜਾ ਅਹਿਮ ਸਵਾਲ ਤੁਹਾਡੇ ਅੱਗੇ ਕਰਨ ਲੱਗਿਆ ਜੀ ਜੀ,
ਕੁਝ ਮੈਂ ਫਾਰਮਾਂ ਕਾਫੀ ਫਾਰਮਾਂ ਗਿਆ, ਕੁਝ ਖੁੱਲੀਆਂ ਉੱਚੀਆਂ ਆਉਂਦੀਆਂ ਨੇ, ਕੁਝ ਨੀਵੀਆਂ ਆਉਂਦੀਆਂ ਨੇ, ਉਹਨਾਂ ਬਾਰੇ ਸਾਨੂੰ ਕੋਈ ਦੱਸੋਗੇ ਗੋਰਖ? ਮਸਾਜੇ ਸਿਰ ਤੁਹਾਡੇ ਉੱਚੀ, ਕੁਝ ਨੀਵੀਆਂ ਆਉਂਦੀਆਂ ਜ਼ਿਆਦਾ ਜੀ ਜੀ, ਉਹਦਾ ਕੀ ਬਣਾਉਣ 'ਤੇ ਡਿਪੈਂਡ ਕਰਦਾ ਨਾ। ਕੋਈ ਦੋਸਤ ਨੇ ਉਹਨਾਂ ਨੂੰ ਇਹਨੇ ਬਾਰੇ ਨਹੀਂ ਪਤਾ ਹੈਗਾ ਖੁਰਲੀ ਕੋਈ ਨੀਵੀਂ ਬਣਾ ਦੇਣੀ ਉੱਪਰ, ਅਸੀਂ ਤਾਂ ਯਾਨੀ ਕਿ ਜਿਹੜਾ ਕੰਮ ਕੀਤਾ ਨਾ ਜੀ ਮਿਸਤਰੀ ਬੁਲਾ ਕੇ ਸਲਾਹ ਮਸ਼ਵਰੇ ਨਾਲ ਯਾਨੀ ਕਿ ਤਰੀਕੇ ਨਾਲ ਕੰਮ ਕੀਤਾ, ਯਾਨੀ ਕਿ ਇਹ ਨਹੀਂ ਹੈਗਾ ਐਵੇਂ ਜਿਹੜਾ ਬਿਲਾ ਮਕਸਦ ਹੀ ਯਾਨੀ ਕਿ ਉਹ ਕੰਮ ਕਰ ਦਿੱਤਾ, ਉਹ ਕੰਮ ਨਹੀਂ ਕੀਤਾ। ਅੱਛਾ ਸਰ, ਡੀਵਰਮਿੰਗ ਕਰਨ ਦਾ ਸਭ ਤੋਂ ਅੱਛਾ ਅਤੇ ਆਸਾਨ ਤਰੀਕਾ ਕਿਹੜਾ ਹੈ ਅਤੇ ਡੀਵਰਮਿੰਗ ਕਿੰਝ ਕਰੀਦੀ ਹੈ? ਇਹ ਬੱਚੇ ਨੂੰ ਜਿਹੜੀ ਦਵਾਈ ਵਗੈਰਾ ਪਿਲਾ ਦੇ, ਦਵਾਈ ਦੇ ਦੇ ਜੀ, ਉਹ ਸਰ ਇੱਦਾਂ ਕਿ ਨਾ ਬੱਚਾ ਸੀ ਉਹ ਜਗ੍ਹਾ ਪਿੱਛੇ ਛੱਡੀ ਹੈਗੀ ਉਹ ਸੈਂਟਰ ਦੇ ਵਿੱਚ। ਅੱਛਾ, ਉਸ ਜਗ੍ਹਾ ਹੈ ਨਾ ਜੀ, ਉੱਥੇ ਅਸੀਂ ਤਕਰੀਬਨ ਕੋਈ 4-5 ਬੱਚੇ ਉਹਦੇ ਵਿੱਚ ਦਾਖਲ ਕਰ ਲੈਂਦੇ ਹਾਂ। ਸਰ ਸਾਡੇ ਨਾਜ਼ਰੀਨ ਨੂੰ ਜ਼ਰਾ ਉੱਥੇ ਜਿਹੜੀ ਜਗ੍ਹਾ ਮੌਜੂਦ ਹੈ ਨਾ ਉੱਥੇ ਜਾ ਕੇ ਦੱਸੋ। ਸਰ ਆਪਣਾ ਆਹ ਦਰਵਾਜ਼ਾ ਖੋਲ੍ਹਾਂਗੇ, ਬੱਚਿਆਂ ਦੇ ਅੰਦਰ ਆ ਜਾਣਗੇ ਤਕਰੀਬਨ 5 ਆ ਜਾਣ, 6 ਆ ਜਾਣ, ਫਿਰ ਅਸੀਂ ਉਹਨਾਂ ਨੂੰ ਜਨਾਬ ਜਿਹੜਾ ਨਾ ਜੋ ਵੀ ਵੈਕਸੀਨ ਪੁਰਾਣੀ ਅਸੀਂ ਇੱਥੇ ਪਿਲਾਵਾਂਗੇ। ਇੱਥੇ ਕਿੰਨੇ ਬੰਦੇ ਸਾਡੇ ਬੱਚਿਆਂ ਨੂੰ ਪਕੜੇ? ਦੋ ਬੰਦੇ ਜੀ। ਦੋ ਬੰਦੇ ਕਵਰ ਕਰ ਸਕਦੇ ਨੇ? ਦੋ ਬੰਦੇ ਕਵਰ ਕਰ ਸਕਦੇ। ਇਕੱਲਾ ਬੰਦਾ ਨਹੀਂ ਕਰ ਸਕਦਾ? ਇਕੱਲਾ ਨਹੀਂ ਕਰ ਸਕਦਾ, ਲੇਕਿਨ ਦੋ ਬੰਦੇ ਹੋਣਗੇ ਫਿਰ ਈਜ਼ੀ ਹੋ ਜਾਣਗੇ। ਅੱਛਾ, ਯਾਨੀ ਕਿ ਜਿਹਨੇ ਡੀਵਰਮਿੰਗ ਕਰਨੀ ਹੈ ਕਮ ਅਜ਼ ਕਮ ਦੋ ਬੰਦੇ ਰਿਕੁਆਇਰ ਨੇ ਜੀ? ਦੋ ਬੰਦੇ। ਸਰ ਬੱਚਿਆਂ ਦੀ ਜਿਹੜੀ ਅੱਛੀ ਤਿਆਰੀ ਹੈ ਉਹ ਕਿੰਝ ਮੁਮਕਿਨ ਹੈ? ਕਿਹੜੀ ਖੁਰਾਕ ਅੱਛੀ ਹੈ, ਮਤਵਾਜ਼ਨ ਖੁਰਾਕ ਕਿਹੜੀ ਹੈ ਬੱਚਿਆਂ ਦੀ? ਮਤਵਾਜ਼ਨ ਤਾਂ ਸਾਰੇ ਹੀ ਹੈ, ਕੋਈ ਵੰਡਾ ਹੋ ਜਾਵੇ ਉਸ ਤੋਂ ਹਟ ਕੇ ਜਨਾਬ ਜਿਹੜਾ ਕਿ ਇਹਨੂੰ ਕੁਮਾਦ ਵਗੈਰਾ ਜਾਂ ਪੱਠੇ ਵਗੈਰਾ ਜਾਂ ਵੰਡੇ ਤੋਂ ਹਟ ਕੇ ਤੂੜੀ ਤੋਂ ਹਟ ਕੇ ਸਿਰਫ ਆਲੂ ਅਗਰ ਬੱਚੇ ਨੂੰ ਮਿਲ ਜਾਵੇ ਨਾ, ਆਲੂ ਹੁਣ ਬਹੁਤ ਮਹਿੰਗਾ ਹੈਗਾ, ਆਲੂ ਮਹਿੰਗਾ ਹੈ, ਆਲੂ ਅਗਰ ਮਿਲ ਜਾਵੇ ਸਿਰਫ ਇਕੱਲੇ ਆਲੂ ਤਾਂ ਜਿਹੜਾ ਬੱਚਾ ਜਿਹੜਾ ਤਕਰੀਬਨ 1.5 ਮਹੀਨੇ ਬਾਅਦ ਤਿਆਰ ਹੋ ਜਾਂਦਾ। ਤੁਸੀਂ ਵੰਡਾ ਕਿਹੜਾ ਇਸਤੇਮਾਲ ਕਰਦੇ ਰਹੇ? ਸਰ ਪਹਿਲੇ ਅਸੀਂ ਕੀਤਾ ਅਨਮੋਲ 2.5 ਮਹੀਨੇ, 2.5 ਮਹੀਨੇ ਤਕਰੀਬਨ, ਨਹੀਂ ਤਕਰੀਬਨ 2 ਮਹੀਨੇ ਕੀਤਾ, ਅਤੇ ਅਨਮੋਲ ਨੇ ਕੋਈ ਰਿਜ਼ਲਟ ਨਹੀਂ ਦਿੱਤਾ ਸਾਨੂੰ। 15 ਦਿਨ ਕਿਹੜਾ ਇਸਤੇਮਾਲ ਕੀਤਾ? ਫਿਰ ਉਸ ਤੋਂ ਬਾਅਦ ਕਸ਼ਮੀਰ ਵੰਡਾ ਲੈ ਕੇ ਆਉਂਦਾ ਮੈਂ। ਉਹਦਾ ਕੀ ਰਿਜ਼ਲਟ ਮਿਲਿਆ? ਉਹਦਾ ਕੋਈ 5-7 ਦਿਨ ਪਾਇਆ ਮੈਂ, ਤਾਂ ਉਸ ਤੋਂ ਬਾਅਦ ਬੱਚੇ ਸੇਲ ਕਰਦੇ। ਅੱਛਾ, ਤੁਸੀਂ ਗੱਲ ਕੀਤੀ ਕਮਾਨ ਦੀ ਜੀ ਜੀ, ਕਮਾਨ ਦੇ ਬਾਰੇ ਮੈਂ ਅਕਸਰ ਫਾਰਮ 'ਤੇ ਗਿਆ, ਕਮਾਨ ਦਾ ਕੋਈ ਜ਼ਿਕਰ ਨਹੀਂ ਹੋਇਆ, ਅਤੇ ਉਹਦਾ ਕਮਾਨ ਦਾ ਕੀ ਫਾਇਦਾ ਹੈ? ਸਰ ਜੀ ਕਮਾਦ ਦਾ ਇਹ ਹੈ ਨਾ ਜੀ, ਇੱਕ ਤਾਂ ਸਰਦੀ ਵਿੱਚ ਕਮਾਦ ਥੋੜ੍ਹਾ ਜਿਹਾ ਗਰਮ ਹੁੰਦਾ, ਹਾਂਜੀ ਠੀਕ ਹੈ, ਬੱਚੇ ਨੂੰ ਠੰਡ ਨਹੀਂ ਲੱਗਦੀ, ਮਿੱਠਾ ਹੁੰਦਾ, ਮਿੱਠਾ ਹੁੰਦਾ ਕਮਾਦ, ਅਸੀਂ ਤਾਂ ਖਿਲਾਉਂਦੇ ਹਾਂ। ਤੂੜੀ ਦੀ ਕਮੀ ਆ ਗਈ ਸਾਡੇ ਕੋਲ, ਤੂੜੀ ਨਹੀਂ ਹੈਗੀ, ਬਰਸੇਮ ਹੈ ਵਿੱਚ, ਅਸੀਂ ਫਿਰ ਕਮਾਦ ਜਿਹੜਾ ਨਾ ਜੀ ਸਾਡੇ ਕੋਲ ਵਾਫਰ ਮਕਦਾਰ 'ਚ ਖਿਲਾ ਅਸੀਂ ਪਾਵਾਂਗੇ। ਸਰ ਸੁਣਨ 'ਚ ਆਇਆ ਕਿ ਅਗਰ ਬੱਚਿਆਂ ਨੂੰ ਤੁਸੀਂ ਹੁਸ਼ਕ ਚਾਰਾ ਦਵੋ ਜਿੰਜ ਤੂੜੀ ਹੈ ਜੀ ਜੀ, ਉਹ ਬਿਹਤਰ ਹੈ, ਉਹ ਵਜ਼ਨ ਵੀ ਗੇਨ ਸਹੀ ਕਰਦੇ ਨੇ, ਤੁਹਾਡਾ ਕੀ ਖਿਆਲ ਹੈ, ਤੂੜੀ ਬਿਹਤਰ ਹੈ ਜਾਂ ਕਿ ਸਬਜ਼ ਚਾਰਾ ਬਿਹਤਰ? ਸਬਜ਼ ਚਾਰਾ ਤਾਂ ਪਾਉਣਾ ਹੀ ਨਹੀਂ ਚਾਹੀਦਾ, ਡਾਕਟਰ ਸਾਡੇ ਕੋਲ ਆਉਂਦੇ ਨੂੰ ਕਹਿ ਰਹੇ ਸਬਜ਼ ਚਾਰਾ ਨਹੀਂ ਪਾਉਣਾ, ਲੇਕਿਨ ਸਾਨੂੰ ਤਾਂ ਮਜਬੂਰੀ, ਅਗਰ ਤੂੜੀ ਸਾਡੇ ਕੋਲ ਨਹੀਂ ਹੈ ਕਮਾਦ ਦੇ ਬਰਸੇਮ ਫਿਰ ਅਸੀਂ ਪਾ ਦਿਆਂਗੇ, ਲੇਕਿਨ ਥੋੜ੍ਹੀ ਪਾਵਾਂਗੇ, ਜ਼ਿਆਦਾ ਨਹੀਂ ਪਾਵਾਂਗੇ। ਯਾਨੀ ਕਿ ਅੱਛੇ ਰਿਜ਼ਲਟ ਵਾਸਤੇ ਫਿਰ ਤੂੜੀ ਬਿਹਤਰ ਹੈ? ਸਰ ਤੂੜੀ ਬਿਹਤਰ ਹੈ। ਤੇ ਆਲੂ ਤੁਸੀਂ ਜ਼ਿਕਰ ਕੀਤਾ, ਉਹ ਨਵੇਂ ਬਿਹਤਰ ਰਹਿੰਦੇ ਨੇ ਜਾਂ ਪੁਰਾਣੇ? ਸਰ ਫਿਲਹਾਲ ਤਾਂ ਹੁਣ ਨਵੇਂ ਨੇ, ਲੇਕਿਨ ਆਲੂ ਨਾਲ ਬੱਚਾ ਜਿਹੜਾ ਨਾ ਉਹ ਬਹੁਤ ਗਰੋਥ ਫੜਦਾ, ਲੇਕਿਨ ਆਲੂ ਹੁਣ ਸਾਨੂੰ ਮਿਲ ਨਹੀਂ ਰਿਹਾ, ਆਲੂ ਬਹੁਤ ਮਹਿੰਗਾ। ਚਾਹੇ ਨਵੇਂ ਹੋਣ ਚਾਹੇ ਪੁਰਾਣੇ ਹੋਣ, ਕੋਈ ਰੌਲਾ ਨਹੀਂ, ਨਵੇਂ ਪੁਰਾਣੇ ਦਾ ਕੋਈ ਮਕਸਦ? ਤੇ ਕਿਸ ਹਿਸਾਬ ਨਾਲ ਇਸਤੇਮਾਲ ਕਰਾਉਣੇ ਚਾਹੀਦੇ ਨੇ, ਕੋਈ ਵਜ਼ਨ ਦਾ ਹਿਸਾਬ ਹੁੰਦਾ ਰੋਜ਼ਾਨਾ ਦੀ ਬੇਸ ਤੇ? 3 ਮਣ ਦੀ ਬੋਰੀ ਹੁੰਦੀ ਸਰ, ਅਤੇ ਉਹ ਤਕਰੀਬਨ ਅਗਰ ਤੁਹਾਡੇ ਕੋਲ ਬੱਚਾ 50 ਬੱਚਾ ਨਾ, ਜਿਵੇਂ ਮੈਂ 50 ਸੇਲ ਕੀਤਾ, ਕਮ ਸੇ ਕਮ ਉਹਨੂੰ 10 ਬੋਰੀਆਂ ਰੋਜ਼ਾਨਾ ਪਾਣੀ ਪੈਣ। 50 ਬੱਚਿਆਂ ਨੂੰ? 50 ਬੱਚਿਆਂ। ਇਹ ਬੋਰੀ ਕਿੰਨੇ, 50 ਕਿਲੋ ਦੀ? ਨਹੀਂ ਸਰ, ਇਹ ਬੋਰੀ ਕਮ ਸੇ ਕਮ 3 ਮਣ ਦੀ ਹੁੰਦੀ। 3 ਮਣ 120 ਕਿਲੋ? ਹਾਂਜੀ ਠੀਕ ਹੈ। 2.5 ਮਹੀਨੇ ਟੋਟਲ ਕਿੰਨਾ ਖਰਚਾ ਤੁਹਾਡਾ ਆਇਆ ਸੀ? ਤਕਰੀਬਨ ਸਰ ਖਰਚਾ ਮੇਰੇ ਖਿਆਲ ਨਾਲ ਇੱਕ ਬੱਚੇ ਦੱਸ ਦਿਓ, ਇੱਕ ਬੱਚੇ ਤਕਰੀਬਨ 5-7 ਹਜ਼ਾਰ ਰੁਪਇਆ ਖਰਚਾ ਹੈ। ਪੱਕੀ ਗੱਲ ਹੈ, ਕੁਝ ਲੋਕਾਂ ਨੇ 10-12 ਹਜ਼ਾਰ? ਨਹੀਂ ਨਹੀਂ ਸਰ, ਅਸੀਂ ਨਹੀਂ ਇੰਨਾ ਕੀਤਾ, ਵਜ੍ਹਾ ਇਸ ਤਰੀਕੇ ਨਾਲ ਕੀਤਾ, ਯਾਨੀ ਕਿ ਤੂੜੀ ਪਾਈ ਵੰਡਾ ਵੀ ਯਾਨੀ ਕਿ ਅਸੀਂ ਹਿਸਾਬ ਦਾ ਇਸਤੇਮਾਲ ਕੀਤਾ ਉਹਨਾਂ ਨੂੰ, ਠੀਕ ਹੈ ਨਾ ਜੀ। ਹਾਂਜੀ, ਕੋਈ ਕਮਾਦ ਵਗੈਰਾ ਪੁਆਇਆ, ਕੋਈ ਬਰਸੇਮ ਕਰਦੀ ਉਹ ਪੁਆਈ। ਕਮਾਦ ਮੁੱਲ ਦਾ ਸੀ ਕਿ ਆਪਣਾ ਮੁੱਲ? ਕਮਾਦ ਕਰਦਾ ਸੀ।
ਸਰ ਤੁਹਾਡੇ ਬੱਚੇ 2.5 ਮਹੀਨੇ ਬਾਅਦ ਤਿਆਰ ਹੋ ਗਏ ਹਨ, ਲੋਕਾਂ ਦੇ ਕੰਮ ਅਜ ਕੰਮ 3 ਮਹੀਨੇ ਜਾਂ 3 ਮਹੀਨੇ ਤੋਂ ਵੀ ਜ਼ਿਆਦਾ ਵਕਤ ਲੈ ਲੈਂਦੇ ਨੇ। ਸਰ ਜੀ ਮੈਂ ਅੱਗੇ ਤੁਹਾਨੂੰ ਅਰਜ਼ ਇਹ ਕੀਤੀ ਹੈ ਕਿ ਜਿਹੜਾ ਬੱਚਾ ਤੁਸੀਂ ਪਾਓਗੇ ਫਾਰਮ ਦੇ ਵਿੱਚ, ਲਵਾ ਬੱਚਾ ਪਾਓਗੇ ਨਾ ਜੀ, ਲਵਾ ਬੱਚਾ ਜਿਹੜਾ ਆਨਸਾਰ ਉਹ ਬੱਚਾ ਕਮਜ਼ੋਰ ਹੋਵੇਗਾ, ਸਰਦੀ ਬਣਾਵੇਗਾ ਅਗਰ ਸਰਦੀ ਦੇ ਵਿੱਚ ਪਾਓਗੇ ਤਾਂ। ਬੱਚਾ ਤੁਸੀਂ ਲਓ ਯਾਨੀ ਕਿ 3 ਮਣ ਦਾ, ਉਹ ਯਾਨੀ ਕਿ ਝੁੰਨੀ ਝਾਲਰ ਵਾਲਾ ਹੋਵੇ, ਪਕਰੋੜ ਹੋਵੇ, ਠੀਕ ਹੈ ਨਾ ਜੀ, ਉਹ ਬੱਚਾ ਫਿਰ ਤੁਹਾਡੇ ਕੋਲ ਆ ਕੇ ਯਾਨੀ ਕਿ ਇਹਨਾਂ ਭੈੜਾ ਨਹੀਂ ਪਏਗਾ, ਉਹ ਬੱਚਾ ਜਿਹੜਾ ਗਰੋਥ ਕਰੇਗਾ। ਯਾਨੀ ਕਿ ਖਰੀਦਦਾਰੀ ਅੱਛੀ ਹੋਏਗੀ ਤਾਂ ਬੱਚਾ ਅੱਛੀ ਹੋਵੇਗੀ ਤਾਂ ਸਰ ਫਿਰ ਹੀ ਫਾਇਦਾ ਹੈ। ਅਗਰ ਖਰੀਦਦਾਰੀ ਤੁਹਾਡੀ ਯਾਨੀ ਕਿ ਬੱਚਾ ਪਿੱਛੋਂ ਤੁਸੀਂ ਲੈ ਲਿਆ 20,000 ਦਾ ਬੱਚਾ, ਤੁਸੀਂ 30 ਦਾ ਲੈ ਲਿਆ, 10,000 ਤਾਂ ਪਹਿਲੇ ਉਹਨਾਂ ਨੂੰ ਵੱਧ ਦਿਆ ਜੀ, ਫਿਰ ਕਿਵੇਂ ਪ੍ਰੋਫਿਟ ਕਰੇਗਾ? ਖਰੀਦਦਾਰੀ ਕਰਦਿਆਂ ਤਾਂ ਕਿਹੜੀ ਕਿਹੜੀ ਚੀਜ਼ਾਂ ਖਿਆਲ ਰੱਖਣਾ ਚਾਹੀਦਾ? ਸਰ ਖਿਆਲ ਇਹ ਰੱਖਣਾ ਹੈਗਾ ਕਿ ਬੱਚਾ ਜਿਹੜਾ ਨਾ ਜੀ ਉਹ ਖੁੱਲ੍ਹਾ ਬੱਚਾ ਹੋਵੇ, ਖੁੱਲ੍ਹੇ ਤੋਂ ਮੁਰਾਦ ਯਾਨੀ ਕਿ ਧੁੱਲੀ ਝਾਲਣ ਵਾਲਾ ਹੋਵੇ, ਕਰਾਸ ਦਾ ਹੋਵੇ, ਇੱਕ ਨਸਲ ਦਾ ਬੱਚਾ ਨਹੀਂ ਹੋਣਾ ਚਾਹੀਦਾ। ਯਾਨੀ ਕਿ ਤੁਸੀਂ ਆਪਣਾ ਵਲੈਤੀ ਬੱਚਾ ਨਹੀਂ ਪਾਉਣਾ, ਵਲੈਤੀ ਬੱਚਾ ਜਿਹੜਾ ਨਾ ਉਹ ਨਹੀਂ ਗਰੋਥ ਕਰੇਗਾ, ਦੇਸੀ ਬੱਚਾ ਨਹੀਂ ਕਰੇਗਾ ਜਿਵੇਂ ਚੁਲਸਤਾਨੀ, ਉਹ ਬਿਲਕੁਲ ਉਹਦੀ ਸਜਾਵਤ ਬਿਲਕੁਲ ਤੰਗ ਜੀ ਹੁੰਦੀ, ਜਿਹੜਾ ਕਰਾਸ ਦਾ ਬੱਚਾ ਹੋਵੇਗਾ ਯਾਨੀ ਕਿ ਖੁੱਲ੍ਹਾ ਹੋਵੇਗਾ। ਅੱਛਾ ਸਰ, ਇਹ ਸਭ ਕੁਝ ਕਰਨ ਤੋਂ ਬਾਅਦ ਅਹਿਮ ਮਰਹਲਾ ਹੁੰਦਾ ਇੱਕ ਤੇ ਖਰੀਦਦਾਰੀ ਹੈ ਨਾ, ਤੇ ਫਰੋਖਤ ਕਰਨਾ ਵੀ ਇੱਕ ਜਿਹੜਾ ਨਾ ਮੁਸ਼ਕਲ ਮਰਹਲਾ ਹੈ। ਫਰੋਖਤ ਸਾਰੇ ਹੈ ਕਿ ਫੈਕਟਰੀਆਂ ਵਾਲੇ ਬੰਦਿਆਂ ਨਾਲ ਰਾਬਤੇ ਆਏ ਨੇ, ਅਸਾਂ ਤਾਂ ਫੈਕਟਰੀ ਵਾਲੇ ਯਾਨੀ ਕਿ ਜਿਹੜੀ ਸੇਠ ਸੀ ਨਾ ਜੀ, ਅਸੀਂ ਅੱਗੇ ਵੀ ਉਹਨੂੰ ਡੰਗਰ ਮੰਡੀ ਦਿੰਦੇ, ਸਲਾਟਰ ਹਾਊਸ ਵਾਲੇ, ਸਲਾਟਰ ਹਾਊਸ ਵਾਲੇ ਉਹ ਇੱਥੇ ਆਏ ਨੇ ਸਾਡੇ ਕੋਲ, ਅਸੀਂ ਸਾਨੂੰ ਤਾਂ ਕਹਿੰਦੇ ਸੀ ਗੋਸ਼ੇ ਤੁਸੀਂ ਦੇਣਾ ਤੇ 440 ਰੁਪਏ ਦੇ ਹਿਸਾਬ ਨਾਲ ਨਾ ਜੀ ਤੁਹਾਡਾ ਮੈਂ ਕਰਵਾ ਦਿੰਦਾ। ਅਸੀਂ ਕਿਹਾ ਜੀ ਅਸੀਂ ਇਹ ਕੰਮ ਨਹੀਂ ਕਰਨਾ, ਤੁਸੀਂ ਸਾਡੇ ਕੋਲ ਉੱਦਾਂ ਹੀ ਮੁੱਠਾ ਹੀ ਲੈ ਲਓ, ਅਸੀਂ ਫਿਰ ਮੁੱਠੇ ਦੇ ਹਿਸਾਬ ਨਾਲ ਦੇ ਦਿੰਦੇ ਹਾਂ। ਮੁੱਠੇ ਯਾਨੀ 50 ਦੇ 50 ਜਾਨਵਰ ਇਕੱਠੇ ਸੇਲ ਕੀਤੇ? ਇਹ ਕਿੰਜ ਸੇਲ ਕੀਤੇ ਨੇ ਤੁਸੀਂ? ਉਹ ਇਕੱਠਾ ਰੇਟ ਹੋ ਗਿਆ? ਇਕੱਠਾ ਹੀ ਰੇਟ ਉਹਨਾਂ ਨਾਲ ਤੈਅ ਹੋ ਗਿਆ ਅਤੇ ਉਹ ਇਕੱਠੇ ਯਾਨੀ ਕਿ ਅਸੀਂ ਉਹਨਾਂ ਨੂੰ ਦੇ ਦਿੱਤੇ। ਮਾਸ਼ਾਅੱਲਾ ਸਰ, ਤੁਸੀਂ ਕਾਫੀ ਕੀਮਤੀ ਗੱਲਾਂ ਦੱਸੀਆਂ ਨੇ, ਤੁਹਾਡੇ ਕਾਰੋਬਾਰ ਦੇ ਮੁਤਲਕ ਕੋਈ ਅਹਿਮ ਗੱਲ ਜਿਹੜੀ ਮੈਂ ਨਹੀਂ ਪੁੱਛੀ ਰਹਿ ਗਈ ਹੋਏ, ਜਾਂ ਜਿਹੜੇ ਦੋਸਤ ਵੱਛਾ ਫਾਰਮ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ? ਸਰ ਉਹਨਾਂ ਵਾਸਤੇ ਮੇਰੀ ਅਰਜ਼ ਇਹੀ ਹੈ ਕਿ ਬੱਚੇ ਨੂੰ ਯਾਨੀ ਕਿ ਉਹ ਦੇਖਣ ਜਿਹੜਾ ਬੱਚਾ ਯਾਨੀ ਕਿ ਬਣਨ ਵਾਲਾ ਹੈ, ਲੇਕਿਨ ਕਮਜ਼ੋਰ ਬੱਚਾ ਨਹੀਂ ਲੈਣਾ ਚਾਹੀਦਾ, ਬੱਚਾ ਉਹ ਲੈਣਾ ਚਾਹੀਦਾ ਕਿ ਜਿਹੜਾ ਤੁਹਾਡੇ ਕੋਲ ਆਵੇ, ਆਉਣ ਤੋਂ ਬਾਅਦ ਯਾਨੀ ਕਿ ਬੱਚਾ ਜਿਹੜਾ ਨਾ ਜਲਦੀ ਯਾਨੀ ਕਿ ਤਿਆਰ ਹੋਣ ਵਾਲਾ ਬੱਚਾ, ਕਮ ਸੋ ਕਮ 3 ਮਹੀਨੇ ਦੇ ਕਰੀਬ ਕਰੀਬ ਹੋਣਾ ਚਾਹੀਦਾ ਬੱਚਾ। ਇਸ ਕਾਰੋਬਾਰ ਵਿੱਚ ਪ੍ਰੋਫਿਟ ਹੈਗੀ ਜਾਂ ਨਹੀਂ, ਮੁਨਾਫਾ ਹੈਗਾ ਜਾਂ ਨਹੀਂ? ਸਰ ਬਿਲਕੁਲ ਹੈ ਜੀ, ਇਨਸ਼ਾਅੱਲਾ ਇਹ ਤਜਾਰਤੀ ਕੰਮ ਹੈ, ਅੱਲਾਹ ਤਾਲਾ ਦੀ ਜ਼ਾਤ ਜਿਹੜੀ ਇਹਦੇ 'ਤੇ ਬੜੀ ਮਿਹਰਬਾਨੀ ਬੜੀ ਸ਼ਫਕਤ ਕਰਦੀ, ਅਗਰ ਇਨਸਾਨ ਨੇਕ ਨੀਅਤ ਨਾਲ ਕਰੇ ਤਾਂ ਕਰਨਾ ਚਾਹੀਦਾ, ਕਰਨਾ ਬਿਲਕੁਲ ਕਰਨਾ ਚਾਹੀਦਾ ਜੀ। ਸਰ ਬਹੁਤ ਸ਼ੁਕਰੀਆ, ਥੈਂਕ ਯੂ, ਅੱਲਾ ਹਾਫਿਜ਼।